ਕਬੀਰ ਸਾਹਿਬ ਨਿਕਲੇ ਦੁਨੀਆਂ ਦੇ ਵਿੱਚ ਬੁਰਿਆਈ ਲੱਭਣ ਵਾਸਤੇ, ਬੁਰਾ ਇਨਸਾਨ ਲੱਭਣ ਵਾਸਤੇ। ਵਾਪਸ ਆ ਕੇ ਕੀ ਲਿਖਦੇ ਨੇ ਕਬੀਰ, ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ, ਜਬ ਆਪਣਾ ਮਨ ਖੋਜਿਆ ਤਾਂ ਮੈਥੋਂ ਬੁਰਾ ਨਾ ਕੋਈ। ਹੁਣ ਉਹ ਕਬੀਰ ਸਾਹਿਬ, ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਬਾਣੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆ, ਉਹ ਕਬੀਰ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਥੋਂ ਬੁਰਾ ਇਨਸਾਨ ਕੋਈ ਨਹੀਂ ਮੈਨੂੰ ਲੱਭਾ। ਅਤੇ ਇੱਕ ਪਾਸੇ ਅਸੀਂ ਦੁਨਿਆਵੀ ਲੋਕ ਪਤਾ ਨਹੀਂ ਕਿਹੜੀਆਂ ਹੰਕਾਰ ਦੀਆਂ ਪੰਡਾਂ ਸਿਰ 'ਤੇ ਚੱਕੀ ਫਿਰਦੇ ਹਾਂ। ਧਾਰਮਿਕ ਸਥਾਨਾਂ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਈਰਖਾ, ਆਪਣੇ ਪਰਿਵਾਰਾਂ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਈਰਖਾ, ਇੱਕ ਦੂਜੇ ਦੀ ਤਰੱਕੀ ਵੇਖ ਕੇ ਨਹੀਂ ਅਸੀਂ ਖੁਸ਼। ਹਰ ਇੱਕ ਦੀ ਬੁਰਿਆਈ ਹੀ ਕਰਨ 'ਤੇ, ਭਾਵੇਂ ਕੋਈ ਜਿੰਨਾ ਮਰਜ਼ੀ ਚੰਗਾ ਇਨਸਾਨ ਆ, ਉਹਦੀ ਬੁਰਿਆਈ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜ਼ਰਾ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖਿਓ, ਜੇਕਰ ਅਸੀਂ ਚੰਗੇ ਹਾਂ, ਸਾਡੇ ਅੰਦਰ ਚੰਗਿਆਈਆਂ ਨੇ, ਤੇ ਸਾਨੂੰ ਦੂਜੇ ਵੀ ਚੰਗੇ ਲੱਗਣਗੇ। ਕਿਸੇ ਦੇ ਬੁਰੇ ਗੁਣ ਨਾ ਲੱਭੋ, ਉਹਦੀ ਚੰਗਿਆਈ ਵੱਲ ਦੇਖੋ, ਤਾਂ ਜ਼ਿੰਦਗੀ ਜਿਹੜੀ ਆ ਬਹੁਤ ਸੁਖਾਲੀ ਲੱਭੇਗੀ। ਹੰਕਾਰ ਦੀਆਂ ਪੰਡਾਂ ਇੱਕ ਦਿਨ ਜਾ ਕੇ ਮੜੀਆਂ ਦੇ ਵਿੱਚ ਕਿਸੇ ਨੇ ਸਾੜ ਦੇਣਾ, ਕਿਸੇ ਨੇ ਦਫਨਾ ਦੇਣਾ, ਤੇ ਹੰਕਾਰ ਦੀਆਂ ਪੰਡਾਂ ਸਾਰੀਆਂ ਇੱਥੇ ਹੀ ਰਹਿ ਗਈਆਂ, ਅੰਤ ਵੇਲੇ ਕੋਈ ਕੰਮ ਨਹੀਂ ਆਉਣਾ। ਸੋ ਆਪ ਚੰਗੇ ਆ ਤਾਂ ਸਾਰੇ ਚੰਗੇ, ਜੇ ਆਪ ਬੁਰੇ ਆ ਤਾਂ ਸਾਰੇ ਬੁਰੇ ਨੇ। ਧੰਨਵਾਦ ਜੀ।